ਜਿੱਥੇ ਉਹ ਪਾਕਿਸਤਾਨ ਵਾਲੇ ਭਰਾ ਬੈਠੇ ਸੀ ਨਾ ਉਹ ਟੱਕੇ ਚੱਲ ਗਏ ਉਹਨਾਂ ਦੇ ਥਾਂ ਤੇ। ਵੈਲਕਮ ਵੀਰਿਓ ਇੱਕ ਆਪਣੀ ਹੋਰ ਨਵੀਂ ਵੀਡੀਓ ਦੇ ਵਿੱਚ। ਦੁਬਈ ਟੂਰ ਕੰਟੀਨਿਊ ਚੱਲ ਰਿਹਾ ਹੈ ਆਪਣਾ। ਪਹਿਲੀਆਂ ਵੀਡੀਓ ਵੇਖਣੀਆਂ ਆ ਤਾਂ ਪਿਛਲੀਆਂ ਵੀਡੀਓ ਵੇਖ ਲਿਓ। ਮੋਰਨਿੰਗ ਹੋ ਗਈ ਆ ਅਤੇ ਖਾਣ ਪੀਣ ਚੱਲੇ ਹਾਂ। ਉਹ ਤੋਂ ਬਾਅਦ ਇੱਕ ਡੈਸਟੀਨੇਸ਼ਨ ਵਿਖਾਉਂਦੇ ਤੁਹਾਨੂੰ ਅੱਜ। ਕੱਲ੍ਹ ਆਪਣਾ ਚੀਮਾ ਸਾਹਿਬ ਨਾਲ ਸੀਗਾ, ਉਹਨੇ ਇੱਥੇ ਆਪਣਾ ਰੋਟੀ ਖਵਾਈ ਸੀ, ਬੜੀ ਵਧੀਆ ਸੀ। ਚੀਮਾ ਸਾਹਿਬ ਤਾਂ ਚੱਲ ਗਏ ਕੰਮ 'ਤੇ, ਅਸੀਂ ਦੋਵੇਂ ਜਣੇ ਅੱਜ ਨਾ, ਅੱਜ ਮੇਰੇ ਹਿਸਾਬ ਨਾਲ ਮੈਂ ਪਹਿਲੀ ਵਾਰੀ ਨਿਕਲੇ ਦੋਵੇਂ ਜਣੇ ਇਕੱਲੇ ਆ ਨਾ। ਉੱਦਾਂ ਤਾਂ ਸਾਨੂੰ ਉਹ ਹੀ ਲਈ ਫਿਰਦੇ ਸੀਗੇ, ਅੱਜ ਸਾਡਾ ਐਕਸਪੀਰੀਅੰਸ ਪਹਿਲਾਂ ਹੋਣਾ ਇਕੱਲਿਆਂ ਦਾ। ਇੱਥੇ ਇੱਦਾਂ ਦੀਆਂ ਬਿਲਡਿੰਗਾਂ ਆ ਸਾਰੀਆਂ, ਪਤਾ ਨਹੀਂ ਲੱਗਦਾ ਰਾਹ ਗੋਲ ਮੋਲ ਜਿਹਾ ਇੱਕੋ ਇੱਕੋ ਜਿਹੀ। ਆਪਣਾ ਇੱਧਰ ਰੈਸਟੋਰੈਂਟ ਹੈ ਖਾਣੇ ਕੇ ਲਈ, ਇੱਕ ਕਿਆ ਮੁਲਤਾਨੀ ਹੋਟਲ ਹੈ ਭਾਈ ਦੇ। ਹਾਂ ਪਾਕਿਸਤਾਨ ਦਾ ਰੈਸਟੋਰੈਂਟ ਪਾਕਿਸਤਾਨ ਉਹ ਤੋਂ ਹੈ ਉਧਰ ਹੈ ਉਹ ਤਾਂ ਹੋਟਲ ਹੈ ਅੱਛੀ ਹੈ ਲੇਕਿਨ ਉਸ ਮੇਂ ਖਾਣਾ ਹਰ ਨਮੂਨਾ ਕਾ ਮਿਲਤਾ ਹੈ ਹਰ ਮਿਲ ਜਾਤਾ ਹੈ। ਹਾਂ ਇਥੋਂ ਆਪਾਂ ਨੂੰ ਫੜਨੀ ਪੈਣੀ ਟੈਕਸੀ, ਟੈਕਸੀ ਤੋਂ ਬਾਅਦ ਆਪਾਂ ਜਾਣਾ ਮੈਟਰੋ ਸਟੇਸ਼ਨ, ਤੇ ਮੈਟਰੋ ਸਟੇਸ਼ਨ ਤੋਂ ਫਿਰ ਗਾਂ ਗਾਰਡਨ ਦੇਖ ਭਾਜੀ ਕਿੰਨੇ ਵਧੀਆ ਹੀ ਆ, ਰਹਿਣ ਹਰਿਆਲੀ ਹਰਿਆਲੀ। ਉਹ ਤਾਂ ਨਹੀਂ ਕਬੂਸ ਕੀ ਲਿਖਿਆ ਉਹੀ ਲੱਗਦਾ ਮੈਨੂੰ ਤੁਸੀਂ ਯਾਰ, ਇੱਕੋ 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 ਜਿਹੇ ਰਾਹ ਆ। ਹਾਂ ਲੱਗਣਾ ਹੋਈ ਦਿਆ ਆ। ਸ਼ਰਟ ਮੇਰੀ ਧੋਤੀ ਧੋ ਕੇ ਮੈਂ ਪਾ ਲਈ, ਫਿਰ ਆਪੇ ਸੁੱਕ ਸੁੱਕ ਜਾਊਗੀ ਹੁਣ। ਯਾਰ ਬਿਲਡਿੰਗਾਂ ਇੱਕੋ ਜਿਹੀਆਂ, ਨੁੱਕਰ 'ਤੇ ਸੀ ਨਾ, ਹੁਣ ਨੁੱਕਰ 'ਤੇ ਲਾਗੇ ਛਾਗੇ ਸੀਗਾ। ਆ ਜਾਓ ਇੱਕ ਆਹ ਬੜਾ ਵਾ, ਇੱਥੋਂ ਧਿਆਨ ਨਾਲ ਦੇਖਣਾ ਪੈਂਦਾ ਗੱਡੀਆਂ ਦਾ ਨਾਂਘਾ, ਜਿੱਥੋਂ ਉੱਥੋਂ ਨਹੀਂ ਲੰਘਣਾ ਜੈਬਰਾ ਕਰੋਸਿੰਗ ਦੇ ਉੱਤੋਂ ਦੀ। ਮੈਂ ਵੀ ਲੱਭ ਗਿਆ ਉਹੀ ਆ, ਅੰਦਰ ਪਾਕਿਸਤਾਨ ਦੇ ਝੰਡੇ ਲੱਗੇ ਸੀਗੇ ਉੱਥੋਂ ਪਤਾ ਲੱਗ ਜਾਣਾ ਉਹੀ ਆ। ਨਹੀਂ ਉਹ ਨਹੀਂ ਗਾ, ਨਹੀਂ ਨਾ ਉਹ ਨਹੀਂ। ਰੋਟੀ ਖਾ ਕੇ ਨਿਕਲੇ, ਪਰ ਰੋਟੀ ਸਾਨੂੰ ਮਾਸਾ ਸਵਾਦ ਨਹੀਂ ਲੱਗੀ। 4-5 ਫੁੱਟ ਦੀ ਰੋਟੀ ਦਿੱਤੀ ਉਹਨਾਂ ਨੇ ਵੱਡੀ ਸਾਰੀ ਮੈਦੇ ਵਾਲੀ, ਨਾਲ ਸਬਜ਼ੀ ਸੀਗੀ ਉਹ ਵੀ ਨਹੀਂ ਸਵਾਦ ਲੱਗੀ। ਮਾੜੀ ਜਿਹੀ ਖਾ ਕੇ ਬਸ ਖਾਨਾ ਪੂਰਤੀ ਜਿਹੀ ਕਰਕੇ ਹੁਣ ਆ ਗਏ। ਹੁਣ ਨਾ ਇੱਥੋਂ ਰੀਚਾਰਜ ਕਰਾਉਣ ਲੱਗੇ ਮੋਬਾਈਲ ਦਾ, ਵਿੱਚ ਡਾਟਾ ਖਤਮ ਹੋ ਗਿਆ ਆ। ਡਾਟਾ ਇੰਨਾ ਮਹਿੰਗਾ ਨਾ ਇੱਥੇ, ਅੱਲ ਕੁਛ ਕਰਕੇ ਕਹਿੰਦਾ ਸੀ ਭਾਜੀ, ਅੱਲ ਕੁਛ ਕਰਕੇ ਆਹ ਹੀ ਆ ਟੈਲੀਕਾਮ ਲਿਖਿਆ ਕੀ ਲਿਖਿਆ, ਨਹੀਂ ਇਹ ਨਹੀਂ ਆ, ਇਹ ਨਹੀਂ ਆ ਅੱਲ ਜਾਹਰਾ, ਇਹ ਤਾਂ ਸਪਾ ਸੈਂਟਰ ਆ। ਫਰੀ ਹੋਮ ਡਿਲੀਵਰੀ ਆਹ ਹੀ ਆ ਭਾਜੀ, ਆਹ ਹੀ ਆ। ਆਹ ਇਹਦੇ ਅੰਦਰ ਰੀਚਾਰਜ ਹੈਗਾ, ਲੱਗੀ ਆ ਮਸ਼ੀਨ, ਖੋਲਿਓ ਆਹ ਲੱਗੀ। ਮੋਬਾਈਲ ਰੀਚਾਰਜ ਹੁੰਦਾ ਵੀ ਰੀਚਾਰਜ ਕਰਾ ਕੇ ਨਾ, ਇੱਥੇ ਰੀਚਾਰਜ ਪੈਸੇ ਹੁੰਦਾ ਇੱਥੇ ਬਹੁਤ ਮਹਿੰਗਾ ਆ ਕੰਮ। ਉਹ ਤੋਂ ਬਾਅਦ ਫਿਰ ਵਿੱਚ ਇਹਦੇ ਮੈਂ ਭਰੀ ਹੈ ਐਪ ਇਸੇ ਕੰਪਨੀ ਦੀ, ਉੱਥੋਂ ਰੀਚਾਰਜ ਕੀਤਾ ਉਹਦਾ ਨੈੱਟ ਦਾ, 100 MB ਪਵਾਈ ਆ ਹੁਣ। ਕਿੰਨੇ ਦਰਾਮ ਦੀ ਪਈ ਭਾਜੀ? 3 ਦਰਾਮ ਦੀ। ਅੱਜ ਥੋੜ੍ਹਾ ਜਿਹਾ ਸਟਰਗਲ ਕਰਨੀ ਪੈਣੀ ਆ, ਪਹਿਲਾ ਦਿਨ ਆਪਣਾ ਆਪੇ ਹੀ ਅਣਜਾਣ ਦੇਸ਼ ਦੇ ਵਿੱਚ। ਬਿੱਲੀਆਂ ਬਹੁਤ ਆ ਇੱਥੇ, ਕੁੱਤਾ ਕੋਈ ਨਹੀਂ ਹੈਗਾ, ਬਿੱਲੀਆਂ ਹੀ ਬਿੱਲੀਆਂ, ਉਹ ਖੇਡਣ ਦੇ ਹੀ ਇੱਕ ਆ ਪਾਰਕ ਦੇ ਅੰਦਰ। ਇਹ ਉਹ ਕੀ ਕਰਨ ਦਿਆ, ਟਿਕਟ ਲੈਣ ਦਿਆ ਉਹ, ਇੱਕ ਦੇਖ ਬੜੇ ਆ ਇੱਥੇ ਸੜਕਾਂ 'ਤੇ ਲੱਗਾ ਹੋਇਆ ਕਿੰਨਾ ਕੁਛ ਹੀ, ਪਾਰਕਿੰਗ ਲਾਉਣੀ ਗੱਡੀ ਸੜਕ ਦੇ ਉੱਤੇ ਹੀ, ਕੰਪਿਊਟਰ 'ਚ ਲੱਗੇ ਉਹ 'ਚ ਨੱਪ ਦਿਓ ਪੈਸੇ ਪਾ ਦਿਓ ਭਾਜੀ ਇੱਧਰ ਦੀ। ਨਹੀਂ ਨਹੀਂ ਪਰਚੀ ਨਾ ਕਢਾ ਲਈਏ, ਉਹਨਾਂ ਨੇ ਸਾਰਾ ਕੁਛ ਦੱਸਿਆ, ਤੁਸੀਂ ਆਪਾਂ ਨੂੰ ਧਿਆਨ ਨਾਲ ਸਾਰਾ ਕੁਛ ਕਰਿਓ ਪੜ੍ਹ ਪੜ੍ਹ ਕੇ। ਉਹ ਪਤਾ ਨਹੀਂ ਕੀ ਕਰਨ ਦੀ ਆ, ਰੀਚਾਰਜ ਕਰਦੀ ਲੱਗਦਾ ਉਹ ਕੁੜੀ। ਆ ਗਏ ਹੁਣ ਘੁੰਮਦੇ ਘੁੰਮਦੇ ਬਾਹਰਲੀ ਸਾਈਡ, ਇੱਕ ਉਹ ਬੱਸ ਖੜ੍ਹੀ ਆ, ਮੈਂ ਹੁਣ ਮੈਪ 'ਚ ਵੇਖਦਾ ਕੀ ਹਿਸਾਬ ਕਿਤਾਬ ਆ। ਭਾਅ ਜੀ ਕਹਿੰਦਾ ਬੱਸ ਵਾਲੇ ਨੂੰ ਪੁੱਛਦੇ ਆ ਕਿੱਥੇ ਚੱਲਦੇ ਹਾਂ ਤੇ। ਦੁਬਈ ਫਰੇਮ, ਇਹ ਦੁਬਈ ਫਰੇਮ ਜਾਏਗਾ ਮਾਲੂਮ ਨਹੀਂ, ਡੇਰਾ ਨਹੀਂ ਜਾਂਦਾ ਉਹ, ਟੈਕਸੀ ਜਾਏਗਾ ਨਾ, ਟੈਕਸੀ ਉਹ ਜਾਏਗਾ।
एक आ खड़ी बस। धुप बहुत है यार इतने, पटाके भाई है नहीं धुप, पटाके इधरों देख के भाजी। दुबई फ्रेम में जाना तो बस चल जाएगी जाएगा हाँ। दुबई फ्रेम में जो दुबई फ्रेम है वो कैसे नहीं जाएगा, टैक्सी जाता है ये वाला जाएगा दुबई फ्रेम में। हाँ 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 ओके ओके थैंक यू। हाँ भैया एकदम इत भी कार्ड चल रहा है आपने कह रहे गए कार्ड चल। अच्छा मैं नहीं पता भाई कार्ड कड़ा कार्ड जो पैसे है अपने बस दे विच तो कोई भी नहीं है। आ लिखा है भाजी कितने कितने जानी है इंटरनेशनल सिटी डिडी 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 ये हैगी कितने है टाइम खड़ी है ये भी नहीं पता अपन उपर आन तो दिया 55 नंबर आओ सरवन बस स्टेशन जाती होनी भाजी यार है मैं की कहना कौन वो ड्राइवर सी वो कह देने देखी जाओ फिर कार्ड लाया सी उन्हें कार्ड लाना कि उदा लाना नहीं भाजी नपया सी कुछ यार इतों इदा उन्हें चल खोल चल भरा बैठा भरा एक मिनट दुबई फ्रेम जाऊ बस ये दुबई फ्रेम पता नहीं कौन अगे हैगा ड्राइवर हैगा ड्राइवर तो है ही नहीं अगे। हेलो सर दुबई फ्रेम जाएगा दुबई फ्रेम आ गई बाहर पापा फड़िए टैक्सी भाजी 5-10 रुपये वध लग जूगे टाइम तो बचूगा आ जाओ और वो कह तो दिया कहना बस जाती नहीं कितने भी इतों पता नहीं की करते सारे रीचार्ज ही करते है ना कि रिसीव लेंगे बस अच्छा बस की पर्ची लेंदे इतों आप उदे चढ़ गए ही चाके बहर मारना इन्होंने आ देखियो वह भी आया उन्हें पर्ची कड़ी चल गया यह भी आया इन्हें भी पर्ची कड़ी यह भी बड़न लगा बिच नहीं 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 अंदर जाके अंदर आप बैठ जाएंगे अपने आप आ जाएंगे वो अच्छा जहाँ मर्जी जाओ कार्ड पैसा उतना ही लगता है इसमें मैं क्या कहना पैसा उतना ही लगता है बस जहाँ मर्जी जाओ ऐसा है बस फिर ठीक है उधर से ठीक है ओके ओके ब्रा थैंक यू चल भाजी भज यार मारो हल्ला लै भी हूँ फिर दोबारा बाहर आए हैं कार्ड रिचार्ज करना कार्ड भाजी इतने रखना आया स्क्रीन ते कुछ इतने यार ਭਾਜੀ ਵੇਖ ਕੇ ਤੇ ਗਵਾਉਣ ਲਈ ਕਾਰਡ ਇਨਸਰਟ ਕਾਰਡ ਹਾਂ ਇਨਸਰਟ ਕਾਰਡ ਇੱਕ ਮਿੰਟ ਮੈਂ ਚੈੱਕ ਕਰਦਾ ਕੀ ਹਿਸਾਬ ਕਰਦਾ ਆਇਆ 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 ਵੈਲਕਮ ਟੂ ਆਰ ਟੀ ਏ ਸਮਾਰਟਫੋਨ ਪਤਾ ਨਹੀਂ ਕੀ ਲਿਖਿਆ ਆ ਧੁੱਪ ਪੈਂਦੀ ਆ ਮਾੜਾ ਮਾੜਾ ਦਿਸਦਾ 7 ED ਆ ਕੱਢ ਲਈਏ ਬਾਹਰ ਕਿੱਦਾਂ ਹੋਣੇ ਆ ਕੈਂਸਲ ਟ੍ਰਾਂਜੈਕਸ਼ਨ ਪਾਓ ਹਾਂ ਇੱਦਾਂ ਸਿੱਧਾ ਕਿੰਨੇ ਪਾਉਣੇ ਕਿੰਨੇ ਹੋ ਕਿਤਨਾ ਪਤਾ 10 ਫੜੇ ਹੋਏ ਆ ਨਾ ਤੁਸੀਂ 5 ਬਸ ਠੀਕ ਆ 5 ਬਹੁਤ ਆ 5 ਹੀ ਲੱਗਣੇ ਆ ਪੈਸੇ ਇੱਥੋਂ ਦੀ ਜਾਣੇ ਆ ਮੇਰੇ ਖਿਆਲ ਨਾਲ ਪੈਸੇ ਰੱਖੋ ਭਾਜੀ ਇੱਥੇ ਫਿਰ ਰੱਖੋ ਗਾਂ ਗਾਂ ਜਾਓ ਪੈਸੇ ਗਏ ਆ ਗਏ 5 ਆ ਗਏ
विद एंड विद रिसीव्ड एंड विदाउट विद रिसीव्ड ना हां कर लिया भी रिचार्ज फिर चेक करना भी ना भजना पवे ओदा मैं उधर 10 पाए सी ना चलो की बस चलो फिर आ जूगी फिर करंट नल बैलेंस आई की लिखा है करंट नल बैलेंस अमाउंट पे कटवा 5 हूं तुम ही बाच 7 नहीं है हां 7 हां तो 5 12 हो गए हूं चलो जी 5 रुपये गए 12 हो गए मेरे वाले भाजी आ जा भी हुण रीचार्ज होया 12 रुपये ताडे च भी 12 ही आ 12 रुपये बस लंघ गई वाकई यार हुण शामे चल गए वो बंदे बैठे सी वो भी चढ़ गए बसे है ना आ रसीद जिथे वो पाकिस्तान वाले भरा बैठे थे ना वो टके चल गए उन्होंने थां ते हेलो मैं ते भाजी बह गया सड़क दे कंडे ते ऊपर दे चाह कुछ ही हुंदा आ की आ 5 रुपये पाए मैं टोटल हो गए अपने 12 एडी ला भाई हूँ बह बू के ना कुछ गिछ करके हम चले अं टैक्सी के उत्ते टैक्सी कड़ा आई है कोई यार टैक्सी डीकांगे तो टैक्सी तो बवाने तो बस एक होर आ गई है बस का पता की चक्कर आ बस हर स्टॉप से ना 5-10 मिनट रोक रोक के जाती है उन्हें टाइम ज़्यादा लाना ता ही रेट घट आ चक दो फटे कोई नहीं बन गई गल जाऊगा उन्होंने पूछने की लोड़ आ बैठो ती कि अभी देखा हमने टैक्सी मिल गई बस तो रुक रुक के जाता है ना हाँ वो तो स्टॉप करता है बहुत उस पर टाइम ज़्यादा जगह रुकता है इसीलिए सस्ता है वो ना चेक करते हैं आपका इसमें कमीशन होता है या पर को जॉब कमीशन है तो सैलरी भी अलग होगा सैलरी नहीं है ओके बस कमीशन ही है इधर तो ज़्यादातर सब हिंदी बोलते हैं सब हाँ ज़्यादातर तुम्हारे उधर पाकिस्तान में भी हिंदी को हिंदी बोलते हैं क्या बोलते हैं उर्दू पंजाबी में भी है और हिंदी में भी ऐसा है कैसे पंजाबी जो पाकिस्तान में पंजाबी बोलते हैं उसको क्या बोलते हो उसको पंजाबी बोलते हैं लेकिन जो कौमी लैंग्वेज है ना वो उर्दू है वो उर्दू है वो सब बोलते हैं कहाँ कहाँ के रहने वाले आप मैं सवात का मैं पठान हूँ पठान है सामने जान दी जी टेस्ला हमें सिटी के एंटर हो गए हाँ वो जी बैटरी वाली गड्डी है अमरीका की बॉडी शेप सोहनी है गड्डी की उसके पास ही उतारोगे ना अपन हाँ पैदल ना जाना पड़े नहीं नहीं पैदल घूम घूम के इधर तो हाल बेहाल हो जाता है गर्मी है ना इधर गर्मी तो अभी ख़त्म हो गई अभी तो ये कुछ नहीं है अभी कम हो गया ना बहुत कम अभी तो ये इधर सर्दी है अगले महीने और कम हो जाएगा ना हाँ अभी सामने दुबई फ्रेम इसको कलर किया है ना सोने का पता नहीं ये किस चीज का कलर है लेकिन कलर तो है लाजमी बात Thank you.
ਸਾਰਾ ਦੇਖ ਲਓ ਭਰਾ ਨੂੰ ਫੇਰ ਨਾ ਖਿੱਚ ਲਈਏ। ਓਕੇ ਸਰ, ਥੈਂਕ ਯੂ ਥੈਂਕ ਯੂ। ਆ ਗਏ ਆਪਾਂ ਡੁਬਈ ਫਰੇਮ ਕੋਲ, ਆਪਣੇ ਲੱਗੇ ਉੱਥੋਂ 55 ਦਰਾਮ। ਕਿੰਨੇ ਬਣ ਗਏ ਭਾਜੀ? ਹੈਂ, ਟੈਕਸੀ ਬਹੁਤ ਮਹਿੰਗੀ ਆ, 1200 ਰੁਪਈਆ। ਸਾਨੂੰ 20 ਮਿੰਟਾਂ 'ਚ ਲਾ ਦਿੱਤਾ ਇਹਨੇ, 1200 ਰੁਪਈਆ ਲੈ ਲਿਆ ਇੰਡੀਆ। ਵਾਕਈ ਮਹਿੰਗੀ ਆ ਟੈਕਸੀ। ਆਇਆ ਸਾਹਮਣੇ ਡੁਬਈ ਫਰੇਮ, ਜਿਹੜਾ ਅਸੀਂ ਵੀਡੀਓ ਦੇ ਵਿੱਚ ਵੇਖਦੇ ਨਹੀਂ ਸੀ, ਕਿਤੇ ਤੱਕਿਆ ਸੀ ਇੱਥੇ ਜਾ ਕੇ ਆਉਣਾ, ਕਿਉਂਕਿ ਮੈਨੂੰ ਵਧੀਆ ਲੱਗਾ ਸੀਗਾ। ਤਾਂ ਵਧੀਆ ਲੱਗਾ ਸੀ, ਇਹਦੇ ਇੱਕ ਸਾਈਡ ਹੈਗੀ ਹੈ ਨਵੀਂ ਡੁਬਈ, ਇੱਕ ਸਾਈਡ ਹੈਗੀ ਆ ਪੁਰਾਣੀ ਡੁਬਈ। ਅੰਦਰ ਵੀ ਇਹਦੇ ਨਵੀਂ ਡੁਬਈ ਪੁਰਾਣੀ ਡੁਬਈ ਦਿਖਾਉਂਦੇ ਆ, ਇੱਧਰੋਂ ਦੀ ਲੈ ਕੇ ਜਾਂਦੇ ਆ, ਉੱਧਰੋਂ ਦੀ ਲਾ ਦਿੰਦੇ ਆ, ਉੱਤੇ ਵੀ ਤੁਸੀਂ ਨਜ਼ਾਰੇ ਲੈ ਸਕਦੇ ਬਥੇਰੇ। ਹੁਣ ਇੱਥੋਂ ਪਾਣੀ ਪੂਣੀ ਪੀ ਕੇ ਨਾ, 10 ਮਿੰਟ 5 ਮਿੰਟ ਦੇਖ ਕੇ ਸਾਰਾ ਕੁਛ ਪੁੱਛ ਕੇ ਫਿਰ ਇਹਦੀ ਟਿਕਟ ਲੈਂਦੇ ਹਾਂ, ਫਿਰ ਇਹਦੇ ਅੰਦਰ ਜਾਂਦੇ ਹਾਂ। ਆਹ ਫਾਰਚੂਨਰ ਜਾਂਦਾ ਹੀ ਆ, ਟਰੈਵਲ ਵਾਲੀ। ਵੀ ਵੀਰੇ ਉਹ ਪਿੱਛੇ ਤਾਂ ਤੁਸੀਂ ਵੇਖ ਹੀ ਲਿਆ ਮੇਰੇ ਕੀ ਆ, ਇਸ ਟਾਈਮ ਅਸੀਂ ਹੈਗੇ ਹਾਂ ਡੁਬਈ ਫਰੇਮ ਦੇ ਕੋਲ, ਇਹਦੇ ਅੰਦਰ ਚੱਲੇ ਹਾਂ। ਇੱਥੇ ਬਹਿ ਕੇ ਰੈਸਟ ਕੀਤੀ 2 ਕੁ ਮਿੰਟ, ਰੂਮ 'ਚੋਂ ਨਿਕਲ ਕੇ ਆਏ ਹਾਂ। ਇਹਦੀ ਖਾਸੀਅਤ ਇਹ ਆ, ਇਹਦੇ ਇੱਕ ਸਾਈਡ ਹੈਗਾ ਆ ਪੁਰਾਣਾ ਡੁਬਈ, ਦੂਜੀ ਸਾਈਡ ਹੈਗਾ ਆ ਨਵਾਂ ਡੁਬਈ। ਅੰਦਰ ਵੀ ਇਹਦੇ ਪੁਰਾਣਾ ਡੁਬਈ, ਐਡਵਾਂਸ ਡੁਬਈ, ਸਾਰਾ ਕੁਛ ਦਿਖਾਉਂਦੇ ਆ ਅੰਦਰ। ਸਕਰੀਨਾਂ ਲੱਗੀਆਂ ਆ, ਪੁਰਾਣੀਆਂ ਚੀਜ਼ਾਂ ਆ, ਸਾਰਾ ਕੁਛ ਹੈਗਾ ਅੰਦਰ। ਉਹ ਵੀ ਵੇਖਾਂਗੇ, ਕਿਉਂਕਿ ਮੈਂ ਵੀਡੀਓ ਇਹਦੀਆਂ ਚੈੱਕ ਕੀਤੀਆਂ ਸੀਗੀਆਂ, ਥੋੜ੍ਹੀ ਜਿਹੀ ਇਨਫੋਰਮੇਸ਼ਨ ਕਲੈਕਟ ਕੀਤੀ ਸੀਗੀ। ਜਿੱਥੇ ਵੀ ਜਾਣਾ ਹੁੰਦਾ ਆ, ਥੋੜ੍ਹੀ ਜਿਹੀ ਪਹਿਲਾਂ ਇਨਫੋਰਮੇਸ਼ਨ ਕਲੈਕਟ ਕਰਨੀ ਪੈਂਦੀ ਆ, ਅਤੇ ਬੜਾ ਦਿਲ ਸੀਗਾ ਵੀ ਇੱਥੇ ਆਈਏ ਅਤੇ ਵੇਖੀਏ। ਚੱਲੀਏ ਫਿਰ ਭਾਜੀ ਅੰਦਰ, ਚਲੋ ਚੈੱਕ ਕਰੋ ਤੁਸੀਂ ਕਿੱਦਾਂ ਚਮਕਾ ਮਾਰਨ ਦਿਆ। ਪਤਾ ਨਹੀਂ ਕੀ ਲਾਇਆ ਇਹਦੇ ਸਾਈਡਾਂ 'ਤੇ, ਕਿਹੜਾ ਕਹਿੰਦੇ ਸੋਨੇ ਦੀ ਝਾਲ ਚੜ੍ਹਾਈ ਆ, ਬਾਕੀ ਰੱਬ ਜਾਣੇ ਕੀ ਹੈਗਾ ਅਤੇ ਕੀ ਨਹੀਂ, ਪਰ ਚੀਜ਼ ਬੜੀ ਖਤਰਨਾਕ ਆ। ਬਾਹਰੋਂ ਵਿਖਾ ਦਿੰਦਾ ਮੈਂ, ਬਾਅਦ 'ਚ ਫਿਰ ਅੰਦਰ ਜਾ ਕੇ ਵੇਖਦੇ ਹਾਂ ਆਪਾਂ।